ਦਾ ਵਿਹੜਾ ਪਰ ਭਰਿਆ ਪਿਆ ਜੀ, ਇੰਨਾ ਇੰਨੀ ਕੁਛ ਜੀ ਅੱਜ ਮੂੰਹ ਮਿੱਠਾ ਅਤੇ ਪਟਾਕੇ ਚਲਾਏ ਜਾ ਰਹੇ ਆ। ਹਾਂਜੀ ਹਾਂਜੀ ਜੀ, ਬਹੁਤ ਕਿਰਪਾ ਜੀ ਦੇ ਨਾਲ ਪ੍ਰੋਗਰਾਮ ਦੱਸਦੇ। ਕਿੰਨੀ ਮਿਹਨਤ ਕੀਤੀ ਯੁਗਰਾਜ ਨੇ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਕਿਰਪਾ ਜੀ, ਧੰਨਵਾਦ ਕਰਦੇ ਹੋਏ ਮਹਾਰਾਜ ਦਾ। ਹਾਂਜੀ ਹਾਂਜੀ, ਕਿਰਪਾ ਜੀ ਉਹਦੀ ਆ ਜੀ, ਗੁਰੂ ਰਾਮਦਾਸ ਦੀ ਜੀ। ਗੱਲ ਹੋਈ ਯੁਗਰਾਜ ਨਾਲ ਖੇਡ ਖੇਡ ਤੋਂ ਜਦੋਂ ਜਿੱਤਿਆ ਮੈਡਲ ਤੋਂ ਬਾਅਦ? ਨਹੀਂ ਜੀ, ਮੈਂ ਨਹੀਂ ਗੱਲ ਨਹੀਂ ਜੀ, ਗੱਲ ਨਹੀਂ ਬਾਜੀ। ਠੀਕ ਠੀਕ, ਅਤੇ ਅੱਜ ਬਹੁਤ ਖੁਸ਼ੀ, ਗੁਰੂ ਰਾਮਦਾਸ ਨੇ ਮਿਹਰ ਕੀਤੀ, ਕਿਰਪਾ ਕੀਤੀ ਸਤਿਗੁਰ ਨੇ, ਅਤੇ ਉਹਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ। ਬੱਚੇ ਨੇ ਜਿੰਨੀ ਮਿਹਨਤ ਕੀਤੀ, ਅੱਜ ਮਿਹਨਤ ਦਾ ਮੁੱਲ ਮੁੜਿਆ ਵਾਹਿਗੁਰੂ ਜੀ ਸਾਹਿਬ। ਅਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਅਟਾਰੀ ਵਾਸਤੇ ਕਿ ਅੱਜ ਫਾਈਨਲ ਦੇ ਵਿੱਚ ਇੰਡੀਆ ਟੀਮ ਜਿੱਤਣ 'ਤੇ, ਅਤੇ ਉਹ ਵੀ ਜਿੱਤ ਜਿਹੜੀ ਆ ਸਾਡੀ ਝੋਲੀ ਪਈ ਆ ਕਿ ਸਾਡੇ ਹੀ ਯੁਵਰਾਜ ਸਿੰਘ ਨੇ ਗੋਲ ਮਾਰਿਆ ਫਾਈਨਲ ਦਾ, ਜਿਹੜਾ ਸੀ ਫਾਈਨਲ ਦੇ ਵਿੱਚ ਜਿੱਤਣਾ ਬੜੀ ਵੱਡੀ ਗੱਲ ਸੀ। ਅਤੇ ਸਾਡੇ ਯੁਵਰਾਜ ਸਿੰਘ ਨੇ ਬਹੁਤ ਹੀ ਮਿਹਨਤ, ਇੱਥੇ ਗਰਾਊਂਡ 'ਚ ਵੀ ਬੜੀ ਮਿਹਨਤ, ਛੋਟੇ ਹੁੰਦੇ ਤੋਂ ਹੀ ਉਹ ਕਰਦਾ ਰਿਹਾ ਅਤੇ ਬਹੁਤ ਮਿਹਨਤੀ ਬੰਦਾ ਸੀ। ਅਤੇ ਅੱਜ ਮਹਾਰਾਜ ਨੇ ਉਹ ਸਾਰੀਆਂ ਗੱਲਾਂ ਪੂਰੀਆਂ ਕਰ ਦਿੱਤੀਆਂ ਉਸ ਵਾਹਿਗੁਰੂ ਦੇ ਹੱਥ ਕਰਕੇ ਕਿ ਜਿੱਤ ਦਾ ਸਿਹਰਾ ਵੀ ਸਾਡੇ ਪਿੰਡ ਨੂੰ ਹੀ ਮਿਲਿਆ ਆ। ਅਤੇ ਵਾਹਿਗੁਰੂ ਨੇ ਬੜੇ ਕਿਰਪਾ ਕੀਤੀ ਮਹਾਰਾਜ ਇੱਦਾਂ ਇਹਦੀ ਚੜ੍ਹਦੀ ਕਲਾ ਕਰੇ ਅਤੇ ਔਰ ਗਾਂ ਹੋਰ ਇਹ ਤੋਂ ਵੱਧ ਤਰੱਕੀ ਕਰੇ, ਕਿਉਂਕਿ ਸਾਡੇ ਪਿੰਡ ਦੀ ਇੱਕ ਸ਼ਾਨ ਬਣ ਜਾਂਦੇ ਆ ਸ਼ਮਸ਼ੇਰ ਸਿੰਘ ਅਤੇ ਯੁਵਰਾਜ ਸਿੰਘ ਨੇ, ਪੂਰੇ ਵਰਲਡ 'ਚ ਇੱਕ ਵਾਰੀ ਫਿਰ ਦੱਸ ਦਿੱਤਾ ਕਿ ਟਾਰੀ ਦੇ ਵਿੱਚ ਕੋਈ ਸ਼ੇਰ ਜੰਮੇ ਨੇ। ਲੱਡੂ ਵੰਡੇ ਗਏ? ਲੱਡੂ ਬਹੁਤ ਖੁਸ਼ੀਆਂ ਨਾਲ ਵੰਡੇ ਗਏ ਜੀ, ਸਾਰਾ ਪਿੰਡ 'ਚ ਹੀ ਖੁਸ਼ੀ ਦਾ ਮਾਹੌਲ ਆ, ਬਹੁਤ ਜ਼ਿਆਦਾ ਖੁਸ਼ੀ ਆ ਪਰਿਵਾਰ ਨੂੰ, ਪਿੰਡ ਨੂੰ, ਹਰ ਇੱਕ ਜੀ ਨੂੰ। ਬਾਕੀ ਇਹ ਕਿ 250 ਬੱਚਾ ਗਰਾਊਂਡ ਜਾਂਦਾ ਹਾਕੀ ਦਾ, ਉਹ ਵੀ ਖੁਸ਼ੀਆਂ ਮਨਾਉਣ ਡਿਆ ਗਰਾਊਂਡ ਦੇ ਵਿੱਚ ਆਪਣੇ ਲੈਵਲ 'ਤੇ ਬਹੁਤ ਵੱਡੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।